ਸਵਾਗਤ ਹੈ ਦੋਸਤੋ ਸਾਡੇ YouTube ਚੈਨਲ ਬੈਸਟ ਫਿਊਚਰ ਐਜੂਕੇਸ਼ਨ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਕਰ ਰਹੇ ਹਾਂ ਐਗਰੀਕਲਚਰ ਰਿਲੇਟਡ ਟਾਪ 20 ਕੁਐਸਚਨ ਜੋ ਕਿ ਆਉਣ ਵਾਲੀ ਪੰਜਾਬ ਪਟਵਾਰੀ ਐਗਜ਼ਾਮ ਵਿੱਚ ਮਹੱਤਵਪੂਰਨ ਰਹਿਣ ਵਾਲੇ ਨੇ ਤਾਂ ਦੋਸਤੋ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਣਾ ਇਸ ਦੇ ਨਾਲ ਹੀ ਚੈਨਲ ਤੇ ਫਸਟ ਵਾਰ ਵਿਜ਼ਿਟ ਕਰ ਰਹੇ ਹਾਂ ਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਹੀ ਬੈਲ ਆਈਕਨ ਪ੍ਰੈਸ ਕਰਕੇ ਆਲ ਨੋਟੀਫਿਕੇਸ਼ਨ ਆਨ ਜ਼ਰੂਰ ਕਰ ਲੈਣਾ ਤਾਂ ਕਿ ਸਾਡੇ ਵੱਲੋਂ ਜਦ ਵੀ ਕੋਈ ਨਵੀਂ ਵੀਡੀਓ ਅਪਲੋਡ ਹੋਵੇ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਕੇ ਇਸ ਤੋਂ ਇਲਾਵਾ ਦੋਸਤੋ ਸਾਡਾ ਜੋ ਟੈਲੀਗ੍ਰam ਗਰੁੱਪ ਬੈਸਟ ਫਿਊਚਰ ਐਜੂਕੇਸ਼ਨ ਜੁਆਇਨ ਜ਼ਰੂਰ ਕਰ ਲੈਣਾ ਕਿਉਂਕਿ ਸਾਡੇ ਵੱਲੋਂ ਜੋ ਵੀ ਸਟੱਡੀ ਮਟੀਰੀਅਲ ਰਿਲੇਟਡ ਵੀਡੀਓ ਬਣਾਈ ਜਾਂਦੀ ਹੈ ਉਸ ਦੀ ਜੋ ਤੁਹਾਨੂੰ ਪੀਡੀਐਫ ਪ੍ਰੋਵਾਈਡ ਕੀਤੀ ਜਾਵੇਗੀ ਤਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਕੁਐਸਚਨ ਨੰਬਰ 1 ਹੈ ਐਗਰੀਕਲਚਰ ਐਕਟ ਆਫ 2020 ਦਾ ਲੇਖਕ ਕੌਣ ਹੈ ਦਾ ਰਾਈਟ ਆਨਸਰ ਹੈ ਏ ਕੇ ਰਾਜਨ ਠੀਕ ਹੈ ਜੋ ਐਗਰੀਕਲਚਰ ਐਕਟ ਦੇ ਸੰਬੰਧਿਤ ਜੋ 2020 ਅੰਦਰ ਕਿਤਾਬ ਜੋ ਲਿਖੀ ਗਈ ਹੈ ਏ ਕੇ ਰਾਜਨ ਦੁਆਰਾ ਕੋਵਿਡ-19 ਮਹਾਮਾਰੀ ਕਾਰਨ 2020 ਅੰਦਰ ਭਾਰਤ ਵਿੱਚ ਚਾਹ ਉਤਪਾਦਨ ਵਿੱਚ ਕਿੰਨੇ ਪ੍ਰਤੀਸ਼ਤ ਕਮੀ ਦਰਜ ਕੀਤੀ ਗਈ ਦਾ ਰਾਈਟ ਆਨਸਰ ਹੈ 9.7% ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੈ ਕਿ ਜੋ ਕੋਵਿਡ-19 ਕਰਕੇ ਠੀਕ ਹੈ ਜੀ ਹਰ ਖੇਤਰ ਵਿੱਚ ਜੋ ਪ੍ਰਭਾਵ ਹੋਇਆ ਹੈ ਹਰ ਖੇਤਰ ਉਸੇ ਤਰ੍ਹਾਂ ਜੋ ਚਾਹ ਉਤਪਾਦਨ ਵਿੱਚ ਵੀ ਕਮੀ ਦਰਜ ਕੀਤੀ ਗਈ ਹੈ ਜੋ ਕੀਤੀ ਗਈ ਹੈ 9.7% ਤੁਸੀਂ ਯਾਦ ਰੱਖਣਾ ਹੈ ਕੇਂਦਰ ਸਰਕਾਰ ਦੁਆਰਾ ਪੇਸ਼ ਕੀਤੇ ਤਿੰਨ ਐਗਰੀਕਲਚਰਲ ਬਿੱਲ 2020 ਦੌਰਾਨ ਕਿਸ ਕੇਂਦਰੀ ਮੰਤਰੀ ਵੱਲੋਂ ਵਿਰੋਧ ਵਿੱਚ ਸਥਿਪਨਾ ਦਿੱਤਾ ਗਿਆ ਦਾ ਰਾਈਟ ਆਨਸਰ ਹੈ ਹਰਸਿਮਰਤ ਕੌਰ ਬਾਦਲ ਇਹ ਤਾਂ ਦੋਸਤੋ ਤੁਹਾਨੂੰ ਹਰ ਇੱਕ ਨੂੰ ਪਤਾ ਹੀ ਹੋਣਾ ਹੈ ਐਂਡ ਇਹ ਇੱਕ ਕਰੰਟ ਅਫੇਅਰ ਦਾ ਜੋ ਸਵਾਲ ਵੀ ਬਣ ਸਕਦਾ ਹੈ ਏਪੀਐਮਸੀ ਤੋਂ ਕੀ ਭਾਵ ਹੈ ਤਾਂ ਰਾਈਟ ਆਨਸਰ ਹੈ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਠੀਕ ਹੈ ਜੋ ਕਿ ਸਟੇਟ ਗਵਰਨਮੈਂਟ ਦੇ ਅੰਡਰ ਆਉਂਦੀ ਹੈ ਜ਼ਰੂਰੀ ਵਸਤੂਆਂ ਸੋਧ ਐਕਟ 2020 ਪਹਿਲੀ ਵਾਰ ਕਦੋਂ ਲਾਗੂ ਹੋਇਆ ਸੀ ਤਾਂ ਰਾਈਟ ਆਨਸਰ ਹੈ 1 April 1955 ਈ. ਠੀਕ ਹੈ ਜੋ ਐਕਟ ਇਹ ਪਹਿਲਾਂ ਵੀ ਲਾਗੂ ਕੀਤਾ ਗਿਆ ਸੀ ਫਸਟ ਵਾਰ ਜੋ 1 April 1955 ਵਿੱਚ ਜ਼ਰੂਰੀ ਵਸਤੂਆਂ ਸੋਧ ਐਕਟ ਪਿਆਜ ਅੰਦਰ ਤੇਜ਼ ਗੰਧ ਦਾ ਕੀ ਕਾਰਨ ਹੈ ਦਾ ਰਾਈਟ ਆਨਸਰ ਹੈ ਅਮੋਨੀਆ ਠੀਕ ਹੈ ਇਹ ਅਮੋਨੀਆ ਦੀ ਜਿਆਦਾ ਮਾਤਰਾ ਕਾਰਨ ਜੋ ਉਸ ਵਿੱਚ ਉਹ ਤੇਜ ਜੋ ਸਮੈਲ ਮਾਰਦੀ ਹੈ ਪਿਆਜ਼ ਅੰਦਰ ਘੱਟ ਦਬਾਅ ਹੇਠ ਭੋਜਨ ਭੰਡਾਰਨ ਕਾਰਨ ਨੂੰ ਕੀ ਕਿਹਾ ਜਾਂਦਾ ਹੈ ਦਾ ਰਾਈਟ ਆਨਸਰ ਹੈ ਹਾਈਪੋਬ੍ਰਿਕ ਸਟੋਰੇਜ ਜੋ ਕਿ ਫੂਡ ਪ੍ਰੋਸੈਸਿੰਗ ਰਿਲੇਟਡ ਜੋ ਕੁਐਸਚਨ ਤੁਹਾਨੂੰ ਬਣ ਸਕਦੇ ਬਹੁਤ ਹੀ ਜਿਆਦਾ ਮਹੱਤਵਪੂਰਨ ਹੈ हाइपोब्रिका स्टोरेज ਟੈਂਕ ਵਾਟਰ ਸਿਸਟਮ ਭਾਰਤ ਵਿੱਚ ਕਿੱਥੇ ਪ੍ਰਸਿੱਧ ਹੈ ਤਾਂ ਰਾਈਟ ਆਨਸਰ ਹੈ ਆਂਧਰਾ ਪ੍ਰਦੇਸ਼ ਠੀਕ ਹੈ ਜੀ ਜੋ ਕਿ ਟੈਂਕਰ ਸਿਸਟਮ ਜਾਨੀ ਕਿ ਜੋ ਤਲਾਬ ਬਣਾ ਕੇ ਸਚਾਈ ਕੀਤੀ ਜਾਂਦੀ ਹੈ ਠੀਕ ਹੈ ਜੀ ਟੈਂਕ ਵਾਟਰ ਇਰੀਗੇਸ਼ਨ ਸਿਸਟਮ ਜੋ ਆਂਧਰਾ ਪ੍ਰਦੇਸ਼ ਵਿੱਚ ਪ੍ਰਸਿੱਧ ਹੈ ਦਾਲਾਂ ਦੇ ਉਤਪਾਦਨ ਵਿੱਚ ਭਾਰਤ ਦਾ ਕਿਹੜਾ ਰਾਜ ਪਹਿਲੇ ਨੰਬਰ ਤੇ ਆਉਂਦਾ ਹੈ ਸ ਆ ਰਾਈਟ ਆਨਸਰ ਹੈ ਮੱਧ ਪ੍ਰਦੇਸ਼ ਠੀਕ ਹੈ ਜੀ ਮੱਧ ਪ੍ਰਦੇਸ਼ ਸਭ ਤੋਂ ਜ਼ਿਆਦਾ ਜੋ ਦਾਲਾਂ ਦਾ ਉਤਪਾਦਨ ਕਰਦਾ ਹੈ ਹੇਠ ਲਿਖਿਆਂ ਵਿੱਚੋਂ ਗਲਤ ਦੀ ਪਛਾਣ ਕਰੋ ਤਾਂ ਦੋਸਤੋ ਤੁਸੀਂ ਇਹਨਾਂ ਵਿੱਚੋਂ ਚਾਰਾਂ ਵਿੱਚੋਂ ਤੁਸੀਂ ਦੱਸਣੀਆਂ ਕਿਹੜੀ ਆਪਸ਼ਨ ਤੁਹਾਨੂੰ ਗਲਤ ਲੱਗਦੀ ਹੈ ਤਾਂ ਜੋ ਆਪਣਾ ਆਨਸਰ ਬੰਦਾ ਹੈ ਇਸ ਵਿੱਚ ਸਬਜ਼ੀਆਂ ਦੇ ਉਤਪਾਦਨ ਵਿੱਚ ਭਾਰਤ ਦਾ ਪਹਿਲਾ ਸਥਾਨ ਠੀਕ ਹੈ ਇਹ ਇੱਥੇ ਆਪਾਂ ਇੱਕ ਗਲਤ ਦੀ ਪਹਿਚਾਣ ਕਰਨੀ ਸੀ ਕਿਉਂਕਿ ਸਬਜ਼ੀਆਂ ਦੇ ਉਤਪਾਦਨ ਵਿੱਚ ਭਾਰਤ ਦਾ ਦੂਸਰਾ ਸਥਾਨ ਹੈ ਐਂਡ ਪਹਿਲੇ ਤੇ ਹੁੰਦਾ ਹੈ ਚੀਨ ਠੀਕ ਹੈ ਜੀ ਚੀਨ ਜੋ ਫਲ ਤੇ ਸਬਜ਼ੀਆਂ ਦੇ ਉਤਪਾਦਨ ਵਿੱਚ ਪਹਿਲੇ ਸਥਾਨ ਤੇ ਹੁੰਦਾ ਹੈ ਐਂਡ ਭਾਰਤ ਫਲ ਤੇ ਸਬਜ਼ੀਆਂ ਦੇ ਉਤਪਾਦਨ ਵਿੱਚ ਸੈਕੰਡਰ ਸਥਾਨ ਤੇ ਹੁੰਦਾ ਹੈ ਭਾਰਤ ਵਿੱਚ ਅਨਾਜ ਉਤਪਾਦਨ ਦੀ ਖਰੀਦ ਵੰਡ ਭੰਡਾਰਨ ਲਈ ਕਿਹੜੀ ਏਜੰਸੀ ਜ਼ਿੰਮੇਵਾਰ ਹੈ राइट आंसर है फूड कारपोरेशन ऑफ इंडिया कि एफसीआई राष्ट्रीय बागवानी मिशन जानी एन एच एम नैशनल हॉटीकल्चर मिशन कद चलाया गया राइट आंसर right है दो हजार पांच ठीक है नवंबर दो हजार पांच मिशन चलाया गया, गया। जो कि दसवीं पांच साल योजना अधीन ਚਾਵਲ ਦੀ ਪਹਿਲੀ ਹਾਈਬ੍ਰਿਡ ਕਿਸਮ ਕਿਸ ਦੇਸ਼ ਵੱਲੋਂ ਖੋਜੀ ਗਈ ਤਾਂ ਰਾਈਟ ਆਨਸਰ ਹੈ ਚੀਨ ਠੀਕ ਹੈ ਇਹ ਚੀਨ ਦਾ ਇੱਕ ਵਿਗਿਆਨੀ ਸੀ ਜੁਵਾਨ ਲੌਂਗਪਿੰਗ ਠੀਕ ਹੈ ਜੁਵਾਨ ਲੌਂਗਪਿੰਗ ਦੁਆਰਾ ਜੋ ਚਾਵਲ ਦੀ ਪਹਿਲੀ ਹਾਈਬ੍ਰਿਡ ਕਿਸਮ ਦੀ ਖੋਜ ਕੀਤੀ ਗਈ ਸੀ ਇਸ ਨੂੰ ਜੋ ਹਾਈਬ੍ਰਿਡ ਕਿਸਮਾਂ ਦਾ ਜੋ ਪਿਤਾਮਾ ਵੀ ਕਿਹਾ ਜਾਂਦਾ ਹੈ ਜੁਵਾਨ ਲੌਂਗਪਿੰਗ ਨੂੰ ਇੱਕ ਜਮੀਨ ਦੇ ਟੁਕੜੇ ਉੱਤੇ ਇੱਕੋ ਸਮੇਂ ਦੋ ਜਾਂ ਦੋ ਤੋਂ ਵੱਧ ਫਸਲਾਂ ਉਗਾਉਣ ਨੂੰ ਕੀ ਕਿਹਾ ਜਾਂਦਾ ਹੈ ਤਾਂ ਰਾਈਟ ਆਨਸਰ ਹੈ ਮਿਸ਼ਰਤ ਫਸਲ ਜਨੈ ਕਿ ਮਿਕਸਡ ਕ੍ਰੋਪਿੰਗ ਇਹਨਾਂ ਲਿਖਿਆਂ ਵਿੱਚੋਂ ਭਾਰਤ ਵਿੱਚ ਵਪਾਰਿਕ ਫਸਲ ਨਹੀਂ ਹੈ

ਭਾਰਤ ਵਿੱਚ ਕਿਹੜਾ ਰਾਜ ਮਿਰਚਾਂ ਅਤੇ ਹਲਦੀ ਦਾ ਸਭ ਤੋਂ ਵੱਧ ਉਤਪਾਦਕ ਰਾਜ ਹੈ ਸਹੀ ਰਾਈਟ ਆਨਸਰ ਹੈ ਆਂਧਰਾ ਪ੍ਰਦੇਸ਼ ਠੀਕ ਹੈ ਆਂਧਰਾ ਪ੍ਰਦੇਸ਼ ਸਭ ਤੋਂ ਜ਼ਿਆਦਾ ਹਲਦੀ ਤੇ ਮਿਰਚਾਂ ਦਾ ਪ੍ਰੋਡਕਸ਼ਨ ਕਰਦਾ ਹੈ ਕਰਨਾਲ ਬੰਟ ਦੀ ਬਿਮਾਰੀ ਹੈ ਠੀਕ ਹੈ ਤੁਸੀਂ ਦੱਸਣੇ ਆ ਵੀ ਕਿਸ ਫਸਲ ਨਾਲ ਸੰਬੰਧ ਹੈ ਦਾ ਰਾਈਟ ਆਨਸਰ ਹੈ ਕਣਕ ਦੀ ਫਸਲ ਨਾਲ ਠੀਕ ਹੈ ਜੀ ਦੋਸਤੋ ਇਹ ਕੁਐਸਚਨ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਐਂਡ ਬਿਮਾਰੀ ਵੀ ਇਹ ਮਹੱਤਵਪੂਰਨ ਹੈ ਕਰਨਲ ਬੰਟਾ ਇਹ ਸਬੰਧਤ ਹੈ ਕਣਕ ਦੀ ਫਸਲ ਨਾਲ ਹੁਣ ਤੁਹਾਨੂੰ ਦਿਖਾ ਦਿੰਦੇ ਆ ਜੋ ਕਰਨਲ ਬੰਟ ਦੀ ਬਿਮਾਰੀ ਹੈ ਠੀਕ ਹੈ ਜੀ ਇਹ ਤੁਸੀਂ ਖੜੀ ਫਸਲ ਵਿੱਚ ਵੇਖਣੀ ਹੋਵੇ ਤਾਂ ਤੁਹਾਨੂੰ ਇਸ ਤਰ੍ਹਾਂ ਦਿਖਾਈ ਦੇਵੇਗੀ ਜਿਵੇਂ ਕਿ ਤੁਸੀਂ ਵੱਲੀ ਵਿੱਚ ਦੇਖ ਸਕਦੇ ਹੋ ਠੀਕ ਹੈ ਜੀ ਜਿਵੇਂ ਕਿ ਇਹ ਆਪਣੀ ਕਣਕ ਦੀ ਵੱਲੀ ਹੈ ਇਸ ਵਿੱਚ ਤੁਸੀਂ ਜੋ ਕਣਕ ਦੇ ਬੀਜ ਨੇ ਠੀਕ ਹੈ ਜੀ ਦਾਣੇ ਨੇ ਉਹ ਕਿਸ ਤਰ੍ਹਾਂ ਮਰ ਜਾ ਗਏ ਨੇ ਕਾਲੇ ਪੈ ਗਏ ਨੇ ਐਂਡ ਤੁਸੀਂ ਜੇਕਰ ਉਹ ਦਾਣੇ ਬਾਹਰ ਦੇਖੋਗੇ ਤਾਂ ਉਹ ਬਿਲਕੁਲ ਬਲੈਕ ਐਂਡ ਥੋਥਲੇ ਹੋ ਜਾਂਦੇ ਨੇ ਠੀਕ ਹੈ ਜੀ ਇਹ ਬਿਮਾਰੀ ਹੈ ਕਰਨਾਲ ਬੰਟ ਇੰਟਰਨੈਸ਼ਨਲ ਫੰਡ ਫਾਰ ਐਗਰੀਕਲਚਰਲ ਡਿਵੈਲਪਮੈਂਟ ਦਾ ਹੈਡਕ quartਰ ਕਿੱਥੇ ਹੈ ਤਾਂ ਰਾਈਟ ਆਨਸਰ ਹੈ ਦੋਸਤੋ ਰੋਮ ਇਟਲੀ ਠੀਕ ਹੈ ਜੀ ਇਸ ਦਾ ਜੋ ਹੈਡਕ quarter ਰੋਮ ਵਿੱਚ ਹੈ ਇਟਲੀ ਵਿੱਚ ਤੇ ਇਸ ਦੀ ਜੋ ਸਥਾਪਨਾ ਕੀਤੀ ਗਈ ਸੀ 1977 ਵਿੱਚ ਕੀਤੀ ਗਈ ਸੀ ਠੀਕ ਹੈ ਜੀ ਇਹ ਕੁਐਸਚਨ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਇੰਟਰਨੈਸ਼ਨਲ ਫੰਡ ਫਾਰ ਐਗਰੀਕਲਚਰ ਡਿਵੈਲਪਮੈਂਟ ਠੀਕ ਹੈ ਇਹਦਾ ਹੈੱਡਕੁਆਟਰ ਰੋਮ ਇਟਲੀ ਵਿੱਚ ਹੈ। ਹੇਠ ਲਿਖਿਆਂ ਵਿੱਚੋਂ ਪੱਤੇਆਂ ਉੱਪਰ ਚਿੱਟੇ ਦਾਗ ਪੈਣ ਦਾ ਕੀ ਕਾਰਨ ਹੈ? ਤਾਂ ਰਾਈਟ ਆਨਸਰ ਹੈ ਕਲੋਰੋਸਿਸ ਠੀਕ ਹੈ ਇਹ ਕਲੋਰੋਸਿਸ ਨਾ ਦਾ ਜੋ ਫੈਕਟ ਪੈਂਦਾ ਹੈ ਪੌਦਿਆਂ ਉੱਪਰ ਤਾਂ ਉਹਨਾਂ ਦੇ ਜੋ ਪੱਤੇ ਜੋ ਹਲਕੇ ਰੰਗ ਦੇ ਹਰੇ ਹੋ ਜਾਂਦੇ ਨੇ ਜਾਂ ਫਿਰ ਉਹਨਾਂ ਉੱਪਰ ਜੋ ਚਿੱਟੇ ਦਾਗ ਪੈ ਜਾਂਦੇ ਨੇ ਕਲੋਰੋਸਿਸ ਮੀਨ ਜੀ ਕਿ ਉਹਨਾਂ ਵਿੱਚ ਕਲੋਰੋਫਿਲ ਦੀ ਘਾਟ ਪੈ ਜਾਂਦੀ ਹੈ ਜਿਵੇਂ ਕਿ ਦੋਸਤੋ ਤੁਸੀਂ ਫੋਟੋ ਵਿੱਚ ਦੇਖ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਦੇ ਜੋ ਚਟਾਂਕ ਪਏ ਜਾਂਦੇ ਨੇ ਪੌਦਿਆਂ ਦੇ ਜੋ ਪੱਤੇ ਠੀਕ ਹੈ ਜੀ ਚਿੱਟੇ ਦਿਖਾਈ ਦੇਣ ਲੱਗਦੇ ਨੇ ਜਾਂ ਫਿਰ ਹਲਕੇ ਹੋ ਜਾਂਦੇ ਨੇ ਹਰੇ ਰੰਗ ਦੇ ਤਾਂ ਇਹਨਾਂ ਅੰਦਰ ਜੋ ਕਲੋਰੋਫਿਲ ਦੀ ਮਾਤਰਾ ਘਟ ਜਾਂਦੀ ਹੈ ਜਿਸ ਨੂੰ ਕਲੋਰੋਸਿਸ ਕਿਹਾ ਜਾਂਦਾ ਹੈ ਐਂਡ ਕਈ ਵਾਰ ਜੋ ਨਵਾਂ ਪੁੰਗਦਾ ਬੂਟਾ ਹੀ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਜਿਵੇਂ ਕਿ ਉਸਦੇ ਪੱਤੇ ਹੀ ਚਿੱਟੇ ਦਿਖਾਈ ਦਿੰਦੇ ਨੇ ਤਾਂ ਇਹ ਤੁਸੀਂ ਸਮਝੇ ਜਾਣਾ ਕਿ ਇਸ ਵਿੱਚ ਜੋ ਕਲੋਰੋਫਿਲ ਦੀ ਘਾਟ ਹੈ ਇਸ ਤਰ੍ਹਾਂ ਦੋਸਤੋ ਅੱਜ ਦੇ ਜੋ ਟੌਪ 20 ਕੁਐਸਚਨਸ ਸਮਾਪਤ ਹੋਏ ਨੇ ਵੀਡੀਓ ਵਧੀਆ ਲੱਗੀ ਆ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ